ਕਬੂਤਰ ਜਾ 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 ਪਹਿਲੇ ਪਿਆਰ ਕੀ ਪਹਿਲੀ ਚਿੱਠੀ ਲੈ ਕੇ, ਉਹ ਕੋਈ ਗੱਲ ਦੱਸੋ। ਮੈਨੂੰ ਲੱਗਦਾ ਅੰਦਰੋਂ ਕੋਈ ਭਾਵਨਾ ਜੀ ਤਾਂ ਜਾਗੀ ਆ। ਲਹਿਦਾ ਨਸਲਾਂ ਦੀਆਂ ਲਹਿਦਾ ਲਹਿਦਾ ਗੰਨਾ ਨੇ ਤੇ ਇੱਕ ਸੋ ਸਾਰਾ ਪ੍ਰੋਗਰਾਮ ਆ, ਕਿਉਂਕਿ ਦੇਖਣ ਵਾਲੇ ਆਹ ਸਤਨਾਮ ਕਬੂਤਰ ਤੇ ਇਹਦੇ ਤੇ, ਕਿਉਂਕਿ ਵੱਖ ਨਾਲੋਂ ਦੁਨੀਆਂ ਨੂੰ ਆਪਾਂ ਕਹਿ ਦਈਏ ਕੋਈ ਚੀਜ਼ ਵੱਖਰੀ ਆ। ਇਹ ਬਾਈ ਜੀ ਅੰਦਰ ਵੀ ਮੈਂ ਪਿੰਜਰੇ ਤੇ ਬਾਈ ਜੀ ਆਓ ਤੁਸੀਂ, ਕਿਉਂਕਿ ਤੁਸੀਂ ਮਿਲਿਓ। ਇਹ ਕਿਹੜੀ ਬਰੀਡ ਆ? ਇਹ ਉਜਾਲਾ ਬਬਰਾ ਜੀ। ਉਜਾਲਾ ਬਬਰਾ ਜਿਹਦਾ ਆਪਾਂ ਅੱਜ ਇਹ ਸ਼ੋ ਮੇਨ, ਜਿਵੇਂ ਆਪਾਂ ਕਹਿ ਦਈਏ ਵੀ ਬਬਰਿਆਂ ਨੂੰ ਉਜਾਲਿਆਂ ਨੂੰ, ਜਿਹੜੀ ਪੰਜਾਬ 'ਚੋਂ ਇਹ ਵਿਰਾਸਤ ਖਤਮ ਹੁੰਦੀ ਜਾਂਦੀ ਆ, ਇਹ ਉਹ ਕਬੂਤਰ? ਹਾਂਜੀ ਹਾਂਜੀ, ਇਹ ਉਹੀ ਕਬੂਤਰ ਹੈ ਜੀ। ਇਹ ਕਿਵੇਂ ਤਿਆਰ ਕੀਤਾ? ਇਹ ਮੈਂ ਘਰ ਦੇ ਤਿਆਰ ਕੀਤੇ ਹੋਏ ਆ ਜੀ। ਕਿੰਨੇ ਕਬੂਤਰਾਂ ਬਾਅਦ ਇਹ ਕਬੂਤਰ ਆਉਂਦਾ ਵਾ? ਘਰ ਤੋਂ ਘਰ ਪੰਜ ਚਾਰ ਝੋਲੀਆਂ ਕਢਾ ਕੇ ਫਿਰ ਵਧੀਆ ਨਿਕਲਦੇ ਆ ਜੀ। ਯਾਨੀ ਫਿਰ ਇਹ ਪੰਜ ਚਾਰ ਝੋਲੀਆਂ ਤੋਂ ਬਾਅਦ ਫਿਰ ਆਹ ਕੁਆਲਿਟੀ ਕਰਮਾਂ ਨਾਲ ਹੀ ਆਉਂਦੀ ਆ? ਹਾਂਜੀ, ਕਰਮਾਂ ਨਾਲ ਹੀ ਆਉਂਦੀ ਹੈ ਜੀ। ਕਿਉਂਕਿ ਵਾਕਿਆ ਹੀ ਕਬੂਤਰ ਇਹ ਜਿਹੜਾ ਰੰਗ ਆ, ਇਹਦਾ ਨਖਰਾ ਵਾ, ਇਹਦਾ ਸਟਾਈਲ ਆ, ਪਰਫਾਰਮੈਂਸ ਆ। ਸੋ ਇਧਰੋਂ ਇਹ ਸਰਾਜੇ, ਇਹ ਖਾਲ ਆ ਜੀ, ਰੰਗਦਾਰ ਕਬੂਤਰ। ਰੰਗਦਾਰ ਕਬੂਤਰ ਨੇ ਖਾਲ? ਖਾਲ ਜੀ, ਖਾਲ। ਅੱਛਾ, ਸੋ ਕਿਉਂਕਿ ਛਪੇ ਤੇ ਆ ਜਿਹੜੀ ਮੂਰਤ ਆ ਇਹ ਸਰਾਜੀਏ, ਇਹ ਕੁਦਰਤ ਕੰਨੀਓ ਹੀ ਰੰਗ ਆ ਨਾ? ਇਹ ਕੁਦਰਤ ਕੰਨੀਓ ਹੀ ਰੰਗ ਬਣਿਆ ਹੋਇਆ ਇਹਦਾ। ਸੋ ਇਹੋ ਜਿਹਾ ਪਰਮਾਤਮਾ ਜਿਵੇਂ ਇਹ ਆ, ਇਹ ਕੁਦਰਤ ਦੇ ਅਨਮੋਲ ਰਤਨ ਨੇ। ਕਈ ਚੀਜ਼ਾਂ ਪੈਸੇ ਨਾਲ ਵੀ ਨਹੀਂ ਮਿਲਦੀਆਂ, ਕਰਮਾਂ ਨਾਲ ਮਿਲਦੀਆਂ ਨੇ। ਸੋ ਇਹ ਸਾਰੇ ਕਰਮਾਂ ਨਾਲ ਹੀ ਵੀਰੋ, ਹਰੇਕ ਬੰਦੇ ਦਾ ਚਾਅ ਹੁੰਦਾ, ਭੈਣਾਂ ਦਾ, ਮਾਵਾਂ ਦਾ, ਦਾਣਾ ਪਾਣੀ ਵੀ ਪਾਉਂਦੀਆਂ ਕਿਤੇ ਬੰਦਾ ਬਾਹਰ ਹੋਵੇ। ਸੋ ਇਹ ਮਿਹਨਤ ਕਿਵੇਂ ਬਈ? ਇਹ ਮਿਹਨਤ ਜੀ ਕੱਲਾ ਕੱਲਾ ਕਬੂਤਰ ਦਾ ਪਰ ਪੱਟ ਕੇ ਮਿਹਨਤ ਕਰਨੀ ਪੈਂਦੀ ਆ ਜੀ। ਇਹਨੂੰ ਟਾਈਮ ਸਾਲ ਵੀ ਲੱਗ ਜਾਂਦਾ, ਦੋ ਦੋ ਸਾਲ ਵੀ ਲੱਗ ਜਾਂਦੇ, ਦੋ ਦੋ ਸਾਲ ਵੀ ਲੱਗ ਜਾਂਦੇ ਆ। ਆਹ ਬੰਦੇ ਦੀ ਮਿਹਨਤ ਆ ਜੀ। ਇਹ ਕਿੱਥੋਂ ਆ ਇਹ? ਮਲੇਰੇ ਕੋਟਰ ਤੋਂ। ਮੇਰਾ ਨਾਮ ਐਮਸੀ ਆ। ਨਹੀਂ, ਨੌ ਐਮਸੀ ਆ ਕਿ ਬਣਿਆ ਐਮਸੀ ਹੋਇਆ? ਇਹ ਸਰਾਜੀਆਂ ਦੇ ਵਿੱਚ ਵੀ ਐਮਸੀ ਆ ਜੀ। ਅੱਛਾ, ਸਰਾਜੀਆਂ ਦੇ। ਫਿਰ ਐਮਸੀ ਕਾਹਨੂੰ ਰੱਖਣਾ ਸੀ? ਪ੍ਰਧਾਨ ਮੰਤਰੀ ਰੱਖ ਲੈਣਾ ਸੀਗਾ ਪੱਕੇ ਹੀ। ਆਪਾਂ ਨੂੰ ਕੀ ਲੋੜ ਆ ਜੀ। ਸੋ ਬਹੁਤ ਧੰਨਵਾਦ। ਸੋ ਇਹ ਵੀਰ ਨੇ ਤਿਆਰ ਕੀਤਾ ਹੋਇਆ ਵਾ ਤੇ ਇਧਰੋਂ ਆਹ ਕਬੂਤਰ ਨੇ, ਹਮੀਰੀਆ ਨਸਲ ਆ, ਬੋਧੀਦਾਰ, ਜਿਹਨੂੰ ਹੁਣ ਥੋੜਾ ਜਿਹਾ ਬ੍ਰਾਂਡ ਚੱਲਦਾ ਵਾ ਇਹ ਬੋਧੀਦਾਰ। ਇਹਦੇ ਸਿਰ ਤੇ ਬੋਧੀ ਆ? ਸਿਰ ਤੇ ਬੋਧੀ ਆ ਤੇ ਬ੍ਰਾਂਡ ਚੱਲ ਰਿਹਾ ਵਾ ਅੱਜ ਦੇ ਸਮੇਂ ਦਾ। ਸੋ ਆਹ ਤੁਹਾਡੇ ਆ, ਇਹ ਗੋਬਿੰਦਗੜ੍ਹ ਤੋਂ ਪ੍ਰਿਤਪਾਲ? ਕਬੂਤਰਬਾਜ ਇੰਨੇ ਸਾਊ ਜੇ ਵੀ ਹੁੰਦੇ ਆ? ਮੁੰਡਾ ਸ਼ਰੀਫ ਆ। ਸੋ ਇਹ ਕਿਉਂਕਿ ਬਾਈ ਜੀ ਇਹੀ ਮੇਨ ਮਕਸਦ ਆ ਬਈ ਹਰੇਕ ਜਿਹੜਾ ਕਬੂਤਰਬਾਜ ਆ, ਚਾਹੇ ਉਹ ਬੱਚਾ ਵਾ, ਚਾਹੇ ਬਜ਼ੁਰਗ ਆ, ਚਾਹੇ ਨੌਜਵਾਨ ਆ, ਉਹ ਆਪਣੀ ਨਸਲ ਲੈ ਕੇ ਆਇਆ ਕਬੂਤਰਾਂ ਦੀ ਤੇ ਉਹ ਨਸਲ ਕਬੂਤਰ ਫੇਮਸ ਹੋਣ। ਅੱਜ ਦੇ ਸ਼ੋਅ ਦਾ ਜਿਹੜਾ ਇਹੀ ਮਹੱਤਵ ਆ ਬਈ ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਤੇ ਸਿਰਫ ਐਮਸੀ ਸਾਹਿਬ ਅਨਿਲ ਜੀ ਕਬੂਤਰਾਂ ਦੀ ਬਰੀਡ ਚੱਲੂਗੀ। ਸੋ ਇਹ ਕਬੂਤਰ ਗੋਬਿੰਦਗੜ੍ਹ ਤੋਂ ਨੇ, ਕੀ ਕਿਹੜੀ ਨਸਲ ਆ ਇਹ? ਬਬਰਾ, ਬਬਰਾ ਕਬੂਤਰ ਇਹ ਆ ਤੇ ਇਹ ਹਮੀਰੀਆ ਕਬੂਤਰ, ਹਮੀਰੀਆ ਬੋਧੀਦਾਰ। ਸੋ ਵਾਹ, ਸੋ ਬਸ ਕੋਈ ਨਾ ਆਪਾਂ ਸ਼ੁਰੂ ਕਰਦੇ ਹਾਂ ਜੀ। ਇਹ ਤਾਂ ਹਜੇ ਟਾਈਮ ਜਿਵੇਂ ਨਾਲੇ ਕਬੂਤਰਾਂ ਨਾਲ, ਹੈਂਜੀ, ਮੈਂ ਕਿਹਾ ਸਾਰਿਆਂ ਦੇ ਕਿਹੜਾ ਦਿਖਾ ਲਈਏ ਨਾ।
ਆਪਾਂ ਘੇਰਾਂ ਦਿਖਾ ਲਈਏ ਫਿਰ ਜਦੋਂ ਮੇਲਾ ਚੱਲਦਾ ਨਾ ਕਬੂਤਰਾਂ ਦੇ ਗੇੜਾ ਫਿਰ ਜਿਹੜੀ ਯੂਟਿਊਬ 'ਤੇ ਦੁਨੀਆ ਜੁੜੀ ਬੈਠੀ ਆ ਨਾਲ ਦੀ ਨਾਲ ਜਿਵੇਂ ਪ੍ਰਸ਼ਾਦਾ ਛਕ ਰਹੇ ਹੋ ਗੱਲਾਂ ਬਾਤਾਂ ਵੀ ਚੱਲੀ ਜਾਣ ਅਤੇ ਕਬੂਤਰਾਂ ਦਾ ਵੀ ਅਮਰੀਕ ਬਾਈ ਅਮਰੀਕ ਘੁਮਾਣਾ ਅੱਛਾ ਅੱਛਾ ਅਮਰੀਕ ਖੋਸੇ ਵਾਲੇ ਦਾ ਵੀਰ ਸ਼ਗਿਰ ਦਾ ਸੋ ਬਹੁਤ ਧੰਨਵਾਦ ਅਤੇ ਇਹ ਪੰਮੇ ਬਾਈ ਬਦਾਮੀ ਆ ਮੁੰਡਾ ਲੈ ਕੇ ਆਇਆ ਕਿੱਥੋਂ ਆਇਆ ਬਾਈ ਕੌਲੀ ਪਿੰਡ ਹੈ ਵੀਰੇ ਕੌਲੀ ਕੌਲੀ ਜੀ ਕੌਲੀ ਕਿੱਥੇ ਕਾ ਆ ਰਾਜਪੁਰਾ ਰੋਡ 'ਤੇ ਆ ਟੂਲ ਟੈਕਸ ਦੇ ਨਾਲ ਟੂਲ ਟੈਕਸ ਦੇ ਨਾਲ ਆ ਕੌਲੀ ਪਿੰਡ ਆ ਅਤੇ ਇਹ ਕਬੂਤਰ ਦਾ ਵੀ ਰੰਗ ਇਹ ਕਿਹੜੇ ਕਬੂਤਰ ਆ ਬਦਾਮੀ ਕਬੂਤਰ ਹੈ ਜੀ ਬਦਾਮੀ ਸੋ ਇਹ ਸੇਲ ਪਰਚੇਜ ਵੀ ਕਰ ਲੈਂਦੇ ਹੋ ਨਹੀਂ ਜੀ ਨਹੀਂ ਸੇਲ ਨਸਲ ਨੂੰ ਰੱਖੇ ਆ ਜਾਣੀ ਇਹ ਨਸਲ ਨੂੰ ਰੱਖੇ ਹੋਏ ਆ ਕਿਉਂਕਿ ਬਹੁਤ ਬੰਦੇ ਫਿਰ ਉਹ ਗੱਲ ਆ ਜਾਂਦੀ ਆ ਸੇਲ ਪਰਚੇਜ ਵੀ ਆ ਸੋ ਟੋਕਨ ਨੰਬਰ 56 ਸੋ ਕਿਉਂਕਿ ਆ ਜਾ ਕਰੋ ਬਾਈ ਜੀ ਨਾਲ ਕਿਉਂਕਿ ਤੁਸੀਂ ਆਏ ਹੋ ਪੂਰੀ ਦੁਨੀਆ ਵੀ ਤੁਹਾਨੂੰ ਦੇਖ ਲਵੇ ਕਿਹੜੇ ਕਬੂਤਰ ਆ ਵੀਰ ਦੇ ਨੀਲੇ ਆ ਜੀ ਨੀਲੇ ਆ ਨੀਲੇ ਬੋਧੀਦਾਰ ਜੀ ਨੀਲੇ ਬੋਧੀਦਾਰ ਇਹ ਕਦੋਂ ਕਦੇ ਰੱਖੇ ਹੋਏ ਆ ਹੋ ਗਏ ਜੀ 9 ਸਾਲ ਹੋ ਗਏ ਰੱਖਿਆ ਨੂੰ ਜੀ ਨੌ ਨੀਲੇ ਬੋਧੀਦਾਰ ਚੁੰਝ ਵੀ ਇਹਨਾਂ ਦੀ ਬਹੁਤ ਸੋਹਣੀ ਹਾਂਜੀ 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 ਇਹੀ ਬਰੀਡ ਦਾ ਫਰਕ ਹੈ ਜੀ ਜਿਵੇਂ ਤੇਰੇ ਬੁੱਲਾਂ ਦਾ ਫਰਕ ਆ ਉਵੇਂ ਜਿਵੇਂ ਇਹਦੀ ਚੁੰਝ ਦਾ ਫਰਕ ਆ ਕਿਉਂਕਿ ਸਤਨਾਮ ਮੁੰਡੇ ਦੇ ਬੁੱਲ ਦੇਖ ਲਾ ਗੁਲਾਬੀ ਆ ਅਤੇ ਕਬੂਤਰ ਦੀਆਂ ਚੁੰਝਾਂ ਆ ਗਏ ਆ ਸੋ ਇਹ ਅਤੇ ਇੱਧਰੋਂ ਟੋਕਨ ਨੰਬਰ 1 ਇੱਕ ਟੋਕਨ ਨੰਬਰ ਤੁਹਾਡੇ ਵੀਰ ਇਹ ਕਿਹੜਾ ਵਾ ਇਹ ਲਲਪੋਟੀਆ ਵੀਰੇ ਲਲਪੋਟੀਆ ਕਿਹੜਾ ਲਲਪੋਟੀਆ ਲਲਪੋਟੀਆ ਇਹ ਕੁਆਲਿਟੀ ਹੈ ਇਹਦੀ ਤਾਂ ਹੀ ਇਕੱਲਾ ਹੀ ਗੁੜਕਦਾ ਵਾ ਬਾਕੀ ਕਬੂਤਰ ਹਜੇ ਸੋਚਦੇ ਆ ਇਹ ਇਕੱਲਾ ਥੋੜ੍ਹੀ ਜਿਹੀ ਗਰਮ ਨਸਲ ਆ ਇਹ ਹਾਂਜੀ ਹਾਂਜੀ ਇਹ ਇਕੱਲਾ ਨਾ ਜੀ ਤਾਂ ਗਰਮ ਆ ਇਕੱਲਾ ਗਰਮ ਹੋ ਜਾਂਦਾ ਇਹ ਵੀ ਫਰਕ ਆ ਇਕੱਲਾ ਕਬੂਤਰ ਵੀ ਗਰਮ ਹੋ ਜਾਂਦਾ ਨਾਲ ਇੱਕ ਕਬੂਤਰ ਹੀ ਹੋਵੇ ਤਾਂ ਵੀ ਚੱਲ ਜਾਂਦਾ ਵਾ ਫਿਰ ਜੇ ਦੋਨੇ ਕਬੂਤਰ ਬਹੁਤੇ ਗਰਮ ਹੋ ਗਏ ਕੋਈ ਨਹੀਂ ਜੀ ਸੈੱਟ ਮਤਲਬ ਕੰਮ ਕਰੂੰਗੇ ਆਪਣੇ ਸੋ ਬਹੁਤ ਧੰਨਵਾਦ ਮੀਆਂ ਜੀ ਆਓ ਜੀ ਤੁਸੀਂ ਆਓ ਤੁਹਾਡਾ ਕਿਹੜਾ ਕਬੂਤਰ ਆ ਅਤੇ ਇਹ ਆਓ ਅੱਗੇ ਆਓ ਕਿਉਂਕਿ ਤੁਸੀਂ ਇਸ ਬਾਰੇ ਬਹੁਤ ਵੱਡਾ ਗਿਆਨ ਰੱਖਦੇ ਹੋਵੋਗੇ ਮਲੇਰਕੋਟਲੇ ਤੋਂ ਹਾਂਜੀ ਹਾਂ ਮਲੇਰਕੋਟਲੇ ਤੋਂ ਜੀ ਫਿਰ ਤੁਹਾਡਾ ਤਾਂ ਖਾਨਦਾਨੀ ਸ਼ੌਂਕ ਹੋਊਗੇ ਹਾਂਜੀ ਹਾਂ ਸ਼ੁਰੂ ਤੋਂ ਪਹਿਲਾਂ ਬਾਪ ਦਾਦਿਆਂ ਨੂੰ ਸੀਗਾ ਜੀ ਔਰ ਉਹ ਤੋਂ ਆਉਂਦਾ ਸਾਡੇ ਅੰਦਰ ਵੀ ਸ਼ੌਕ ਜਾਗ ਗਿਆ ਇਸ ਚੀਜ਼ ਦਾ ਵੀ ਕਿ ਸ਼ੌਕ ਪਾਲਿਆ ਜਾਵੇ ਤਾਂ ਜੋ ਪਹਿਲਾਂ ਨਾ ਇੱਕ ਟ੍ਰੈਂਡ ਚੱਲਦਾ ਹੁੰਦਾ ਸੀਗਾ ਕਿ ਮੋਬਾਈਲ ਤਾਂ ਹੁੰਦੇ ਨਹੀਂ ਸੀਗੇ ਨਾ ਚਿੱਠੀਆਂ ਦਾ ਦੌਰ ਸੀਗਾ ਔਰ ਕਬੂਤਰਾਂ ਦੇ ਰਾਹੀਂ ਹੀ ਸੰਦੇਸ਼ੇ ਭੇਜੇ ਜਾਂਦੇ ਸੀਗੇ ਜੀ ਆਪਣੇ ਮੈਂ ਗੱਲ ਪਰ ਟੋਕਦਾ ਕਿਸੇ ਨੂੰ ਭੇਜਿਆ ਸੰਦੇਸ਼ਾ ਇਹਦੇ ਰਾਹੀਂ ਸੱਚੀ ਦੱਸਿਆ ਹਾਲਾਂ ਜੀ ਕੋਈ ਭੇਜਿਆ ਨਹੀਂ ਹੈਗਾ ਪਰ ਇਹ ਉਸੇ ਤਰੀਕੇ ਕੈਟਾਗਰੀ ਦੇ ਵਿੱਚੋਂ ਇਹ ਕਬੂਤਰਾਂ ਨੂੰ ਸ਼ੌਕ ਪੈ ਗਿਆ ਜੀ ਪਾਲਣ ਦਾ ਵੀ ਆਪਾਂ ਨੂੰ ਪਾਲੀਏ ਦੇਖੀਏ ਕਿ ਬਾਕੀ ਇਹ ਸ਼ੌਕ ਅਵੱਲਾ ਹੀ ਹੈ ਨਾ ਇਹ ਸ਼ੌਕ ਅਵੱਲਾ ਹੀ ਰਹਿੰਦਾ ਜੀ ਇਹ ਵਾਕਿਆ ਇਹ ਸ਼ੌਕ ਅਵੱਲਾ ਕਬੂਤਰ ਜਾ 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 ਪਹਿਲੇ ਪਿਆਰ ਕੀ ਪਹਿਲੀ ਚਿੱਠੀ ਲੈ ਕੇ ਉਹ ਕੋਈ ਗੱਲ ਦੱਸੋ ਮੈਨੂੰ ਲੱਗਦਾ ਅੰਦਰੋਂ ਕੋਈ ਭਾਵਨਾ ਜੀ ਤਾਂ ਜਾਗੀ ਆ ਇਕੱਲੇ ਨੂੰ ਦੱਸੋਗੇ ਕੋਈ ਨਹੀਂ ਇਕੱਲੇ ਦੱਸ ਦਾਂਗੇ ਜੀ ਠੀਕ ਆ ਬਹੁਤ ਧੰਨਵਾਦ ਕਿਉਂਕਿ ਪਹਿਲਾਂ ਰਾਜੇ ਮਹਾਰਾਜੇ ਨਵਾਬ ਚਿੱਠੀਆਂ ਪੱਤਰ ਫਿਰ ਉਦੋਂ ਬਾਅਦ ਜਿਹੜੇ ਕਬੂਤਰਾਂ ਰਾਹੀਂ ਉਦੋਂ ਬਾਅਦ ਫਿਰ ਚਿੱਠੀਆਂ ਪੱਤਰ ਦਾ ਦੌਰ ਸ਼ੁਰੂ ਹੋਇਆ ਪਹਿਲਾਂ ਤਾਂ ਫਿਰ ਕਬੂਤਰ ਹੀ ਲੈ ਕੇ ਜਾਂਦੇ ਸੀ ਸੰਦੇਸ਼ੇ ਸੋ ਇਹ ਨਵਾਬ ਮਲੇਰਕੋਟਲਾ ਸੋ ਮਿੱਤਲ ਸਾਹਿਬ
ਐਮ ਸੀ ਮਲੇਰਕੋਟਲਾ ਸਾਹਿਬ, ਡਾਕਟਰ ਕੰਗਣਵਾਲ, ਅਬਦੁਲ ਸਤਾਰ ਜੀ ਬਿੱਲੂ ਦਿੱਲੀ ਵਾਲੇ ਬੂਟਾ ਜੀ, ਸੋ ਬਹੁਤ ਬਹੁਤ ਧੰਨਵਾਦ। ਅਤੇ ਜੱਜ ਸਾਹਿਬਾਨ ਨੂੰ ਬੇਨਤੀ ਆ ਵੀ ਆਓ ਆ ਕੇ ਆਪਣੀਆਂ ਸੀਟਾਂ 'ਤੇ ਬਿਰਾਜਮਾਨ ਹੋ ਅਤੇ ਕਬੂਤਰਾਂ ਦੀ ਜੱਜਮੈਂਟ ਦਾ ਜੋ ਆਪਾਂ ਅੱਜ ਦਾ ਜਿਹੜਾ 9 ਜੂਨ 2024 ਦਾ ਇਹ ਕਬੂਤਰਬਾਜ਼ੀ ਦਾ ਮੁਕਾਬਲਾ ਸੋਹਣੇ ਕਬੂਤਰਾਂ ਦਾ, ਕਬੂਤਰੀਆਂ ਦਾ, ਰਾਜਪੁਰਾ, ਸਰਹੰਦ, ਪਟਿਆਲਾ, ਅੱਜ ਦਾ ਜਿਹੜਾ ਇਹ ਕੰਪੀਟੀਸ਼ਨ ਆ ਇਹਦੀ ਸ਼ੁਰੂਆਤ ਕਰੀਏ। ਸੋ ਬਹੁਤ